ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਕਈ ਸਾਰੀ ਮੇਲਸ ਮੈਨੂੰ ਆਈਆਂ ਔਰ ਅਸੀਂ ਪੜ੍ਹ ਰਹੇ ਸੀਗੇ ਕਿ ਕਈ ਸਾਨੂੰ ਦਰਸ਼ਕ ਲਿਖਦੇ ਹਨ ਕਿ ਜਿਹੜੀ ਮੁੱਦੇ ਤੋਂ ਬਾਅਦ ਐਡਵਰਟੀਜ਼ਮੈਂਟ ਚੱਲਦੀ ਹੈ, ਜਿਹੜੀ ਚੱਲਦੀ ਹੈ, ਅਸੀਂ ਆਪਣੇ ਬਿਜ਼ਨਸ ਦੀ ਵੀ ਐਡਵਰਟੀਜ਼ਮੈਂਟ ਕਰਵਾਉਣਾ ਚਾਹੁੰਦੇ ਹਾਂ, ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ। ਜਿਹੜੀ ਸਾਡੀ ਟੀਮ ਹੈ ਉਹ ਇਸ ਮਤਲਬ ਤੁਹਾਡੇ ਨਾਲ ਰਾਬਤਾ ਕਾਇਮ ਕਰੇਗੀ ਔਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਆਪਣੀ ਗੱਲਾਂ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਤੁਸੀਂ ਚਾਹੁੰਦੇ ਹੋ ਕਿ ਆਲ ਓਵਰ ਵਰਲਡ ਦੇ ਵਿੱਚ ਜਾਣ ਔਰ UK ਦੇ ਵਿੱਚ ਜਾਣ, ਯੂਰੋਪ ਦੇ ਵਿੱਚ ਜਾਣ, ਤਾਂ ਤੁਸੀਂ ਜ਼ਰੂਰ ਲਿਖ ਸਕਦੇ ਹੋ ਔਰ ਇਸ ਹੇਠ ਲਿਖੇ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਇਹ ਸਾਡਾ ਨੰਬਰ ਹੈ ਜੀ UK ਦਾ। ਮੈਂ ਚਾਹਾਂਗਾ ਕਿ ਟੈਕਨੀਕਲ ਟੀਮ ਨੂੰ ਇੱਕ ਮਿੰਟ ਲਈ ਰੱਖਣ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਨੋਟ ਕਰ ਲੈਣ ਆਪਣੇ ਮੋਬਾਈਲ ਫੋਨ ਦੇ ਉੱਤੇ ਔਰ ਕਾਪੀ ਅਤੇ ਪੈੱਨ ਤੁਸੀਂ ਚੱਕ ਲਓ ਅਤੇ ਨੰਬਰ ਤੁਸੀਂ ਲਿਖ ਲਓ ਔਰ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ। info@justbroadcasting.com, harkirat@justbroadcasting.com ਦੇ ਉੱਤੇ ਵੀ ਤੁਸੀਂ ਲਿਖ ਸਕਦੇ ਹੋ। ਹੁਣ ਮੈਂ ਲੈਣਾ ਜੀ ਕਾਲਸ, ਜਿਹੜੇ ਸਾਡੇ ਦਰਸ਼ਕ ਅੱਜ ਦੇ ਮੁੱਦੇ ਦੇ ਮੁਤਲਕ ਆਪਣੇ ਵਿਚਾਰ, ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ 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 ਹਰਕੀਰਤ ਜੀ, ਮੈਂ ਤੁਹਾਡੀ ਮੇਲ ਪੜ੍ਹੀ ਸੀਗੀ, ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਜੀ ਕਿ ਇਹ 14 ਅਗਸਤ ਜੀ ਤੇ 15 ਅਗਸਤ ਜੀ, ਉਸ ਦਿਨ 1 ਕਰੋੜ ਜੀ ਪੰਜਾਬੀ ਰਿਫਿਊਜੀ ਬਣੇ ਸੀ ਜੀ, 10 ਲੱਖ ਪੰਜਾਬੀ ਮਾਰ ਦਿੱਤੇ ਗਏ ਸੀ ਜੀ ਸਾਡੀ ਆਪਦੀ ਬੇਵਕੂਫੀ ਨਾਲ ਜੀ। ਇਹ ਮੇਰਾ ਇੱਕ ਗੁਆਂਢੀ ਹੈ, ਪਾਕਿਸਤਾਨੀ ਹੈ ਜੀ, ਉਹ ਝੰਡਾ ਲਾਈ ਬੈਠਾ ਸੀਗਾ ਪਾਕਿਸਤਾਨ ਦਾ 14 ਅਗਸਤ ਨੂੰ ਜੀ। ਮੈਂ ਉਹਨੂੰ ਪੁੱਛਿਆ ਜੀ ਕਿ 10 ਲੱਖ ਪੰਜਾਬੀ ਮਰ ਗਿਆ ਜੀ, ਕੋਈ UP ਦਾ ਮਰਿਆ, ਕੋਈ ਕਰਾਚੀ ਦਾ ਮਰਿਆ, ਕੋਈ ਬਲੋਚਿਸਤਾਨ ਦਾ ਮਰਿਆ ਜੀ, ਕੋਈ ਮੱਧ ਪ੍ਰਦੇਸ਼, ਮਹਾਰਾਸ਼ਟਰ, ਸਾਊਥ ਦਾ ਮਰਿਆ, ਕੋਈ ਬਿਹਾਰ ਦਾ ਮਰਿਆ ਜੀ, ਹੈ ਜੀ ਉਹਨਾਂ ਨੇ ਉਹ ਆਜ਼ਾਦ ਹੈ, ਤੁਸੀਂ ਕਿਹੜੇ ਪੱਖੋਂ ਆਜ਼ਾਦ ਕਹਿੰਦੇ ਹੋ ਜੀ? ਤੁਹਾਡਾ 10 ਲੱਖ ਆਦਮੀ ਮਰਿਆ, ਤੁਹਾਡਾ ਜੀ 1 ਕਰੋੜ ਤੁਹਾਡਾ ਰਿਫਿਊਜੀ ਬਣਾ ਦਿੱਤਾ ਗਿਆ ਜੀ। ਇਹ ਪੰਜਾਬੀ ਜਿਹੜੇ ਜਿੰਨੇ ਰਿਫਿਊਜੀ ਹੋਏ ਆ ਪੰਜਾਬੀ ਹੋਏ ਆ ਜੀ, ਇਹ ਕੋਈ UP ਜਾਂ ਕੋਈ ਬਿਹਾਰ ਜਾਂ ਮੱਧ ਪ੍ਰਦੇਸ਼, ਮਹਾਰਾਸ਼ਟਰ ਜਾਂ ਸਾਊਥ ਦੇ ਲੋਕ ਨਹੀਂ ਹੋਏ ਜੀ। ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਸਾਡਾ ਆਜ਼ਾਦੀ ਦਿਵਸ ਹੈ ਜੀ? ਬਸ ਇੰਨਾ ਹੀ ਕਹਿਣਾ ਸੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਹਰਕੀਰਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ ਜੀ। ਮੈਂ ਪਹਿਲੀ ਗੱਲ ਤਾਂ ਮੈਂ ਜਿਹੜੀ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ ਜੀ, ਸਾਰੇ ਹਿੰਦੁਸਤਾਨ ਦੇ ਵਿੱਚ 5 ਤੇ 6 ਫੈਮਿਲੀਆਂ ਰਾਜ ਕਰਦੀਆਂ ਜੀ, ਤੇ ਪੰਜਾਬ ਦੇ ਵਿੱਚ 3 ਜਾਂ 4 ਫੈਮਿਲੀਆਂ ਰਾਜ ਕਰਦੀਆਂ ਆਈਆਂ ਕਰਦੀਆਂ ਜਦੋਂ ਦੀਆਂ ਜੀ। ਜੇ ਹੁਣ ਸੈਂਟਰ ਗੌਰਮੈਂਟ ਨੇ ਕਿਸੇ ਨੂੰ ਕੰਟਰੋਲ ਕਰਨਾ, ਉਹਨਾਂ 2 ਟੱਬਰਾਂ ਜੋ 4 ਟੱਬਰ ਰਾਜ ਕਰਦੇ, 1-1 ਬੰਦੇ ਨੂੰ ਖਰੀਦ ਲਓ ਜੀ, ਦੈਟਸ ਨੰਬਰ 1। ਨੰਬਰ 2, ਜਿਹੜੀ ਉਹਨਾਂ ਦੀ ਕੋਈ ਵੀ ਪੋਲੀਟੀਕਲ ਪਾਰਟੀ ਜਿਹੜਾ ਉਹਨਾਂ ਦਾ ਚਾਰਟਰ ਹੈ ਜੀ, ਜਿਹਦੇ ਤੇ ਲਿਖਿਆ ਜਾਂਦਾ ਕੰਸਟੀਟਿਊਸ਼ਨ ਹੁੰਦੀ ਹੈ ਜੀ, ਸਾਰੇ ਉਹ ਕਹਿੰਦੇ ਜੀ ਸਾਡਾ ਸੁਪਰੀਮ ਆ ਫਲਾਨਾ, ਦੇਰ ਇਜ਼ ਨੋ ਡੈਮੋਕ੍ਰੇਸੀ ਐਟ ਆਲ ਵਟ ਸੋ ਐਵਰ ਜੀ, ਨੈਵਰ ਇਜ਼, ਨੈਵਰ ਵਿਲ, ਆਈ ਡੋਂਟ ਨੋ ਵਟਸ ਹੈਪਨਿੰਗ ਵਿਦ ਦੈਮ ਜੀ। ਅੱਛਾ, ਤੀਜੀ ਗੱਲ ਇਹ, ਹੁਣ ਤੁਸੀਂ ਲਾ ਲਓ, ਆਈ ਐਮ ਸੋਰੀ, ਜਿਹੜੀ ਜਿਹੜੀ ਅਕਾਲੀ ਪਾਰਟੀ ਜੀ, ਇਹਨਾਂ ਨੇ ਇਸ ਸਮਾਂ ਲੰਘਦਾ ਜਾਂਦਾ ਹੈ, ਉਹਨਾਂ ਦਾ ਸਟੈਂਸ ਬਦਲਦੇ ਜਾਂਦੇ ਹੈ ਜੀ। ਹੁਣ ਅੱਜ ਹੀ ਦੱਸਦੇ ਸੀ, ਉਹ ਕਹਿੰਦੇ ਜੀ ਅਖੌਤੀ ਜਥੇਦਾਰ, ਹੁਣ ਸਮਝ ਨਹੀਂ ਲੱਗਦੀ ਅਖੌਤੀ ਜਥੇਦਾਰ ਕੌਣ ਹੈ, ਬਿਕੋਜ਼ ਬਾਦਲ ਹੋਣਾ ਨੇ ਪਹਿਲਾਂ ਦਾ ਰਾਜ ਕੀਤਾ, ਅਸੀਂ ਸਿੱਖ ਥੋੜੀ ਥੋੜੀ ਆਪਦੀ ਤੁਹਾਡੇ ਆਪਦੇ ਬੰਦੇ ਚਾਰ ਤਾਂ ਸਾਰਾ 10 ਪਿਛਲੇ 10 ਸਾਲ ਬਾਦਲ ਦੇ ਟੱਬਰ ਨੇ 6-7 ਸਾਲ ਉਹਨਾਂ ਦੇ ਬੰਦੇ ਸੀ, ਰਾਜ ਉਹਨਾਂ ਦਾ ਸੀ। ਦੂਜੇ ਮੇਰੇ ਕੇ ਲਗੋਟੇ ਚੱਕਣ ਵਾਲੇ ਸੀ ਜਿਹੜੇ, ਉਹਨਾਂ ਨੂੰ ਉਹ ਕਹਿੰਦੇ ਯਾਰ ਸਾਰਾ ਕੰਮ ਚੱਲਦਾ, ਚੱਲਦੇ ਰਹਿਣ ਦਿਓ। ਸੋ ਤੁਸੀਂ ਕਿੰਨਾ ਕਹਿ ਸਕਦੇ ਹੋ ਪੰਜਾਬੀ ਨਾ, ਤੁਸੀਂ ਹੁਣ ਪੁੱਛੋਗੇ ਕਿਵੇਂ ਹੋਵੇ, ਇੱਕੋ ਹੀ ਗੱਲ ਹੈ, ਦੈਟ ਇਜ਼ ਜਿਹੜੀ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਗ੍ਰਾਸ ਰੂਟ ਤੋਂ ਚੱਲੇਗੀ। ਆਪਣੇ ਬੰਦੇ ਆ ਇਮੋਸ਼ਨਲ, ਹਾਂਜੀ ਸ਼ਰਾਬ ਦੀ ਬੋਤਲ ਦੇ ਕੇ ਵੋਟ ਦੇ ਦਿਓ, ਹਾਂਜੀ ਉਹ ਮੇਰੀ ਮਾਸੀ ਦਾ ਚਾਚੀ, ਮੇਰਾ ਦਾਦਾ ਸੀ ਅਕਾਲੀ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਜਿਹੜੀ ਵੋਲਟਾਈਲ ਆ ਨਾ, ਜਿਹੜੀ ਭੱਜੀ ਜਾਂਦੀ ਹੈ ਸਿਆਸਤ
ਪੁਰਾਣੇ ਅਕਾਲੀ ਥੋੜੋ ਹੈ, ਦੇ ਆਰ ਨਾਟ ਅਕਾਲੀ ਐਨੀ ਮੋਰ ਜੀ। ਸੋ ਇਸ ਵਾਸਤੇ ਮੈਂ ਕਹਿੰਦਾ ਵੀ ਡਿਫੀਕਲਟ ਟੂ ਸੇ ਜੀ ਅਸੀਂ ਆਜ਼ਾਦ ਹੈ ਜੀ। ਔਨ ਦੀ ਅਦਰ ਹੈਂਡ ਇਫ ਯੂ ਲੁੱਕ ਫਰਮ ਦੀ ਸੈਂਟਰਲ ਗਵਰਨਮੈਂਟ ਜੀ, ਉਹ ਤਾਂ ਨੈਚੁਰਲੀ ਬਿਕੋਜ਼ ਦੇ ਆਰ ਇਨ ਦਾ ਸੈਂਟਰ ਦੇ ਵਾਂਟ ਟੂ ਕੰਟਰੋਲ ਐਵਰੀਬਾਡੀ, ਦੈਟਸ ਦੇਅਰ ਰਿਲੀਜੀਅਨ ਜੀ। ਸੋ ਇਟ ਇਜ਼ ਹਾਊ ਵੀ ਕਮ ਆਊਟ ਆਫ ਇਟ ਇਜ਼ ਜੀ ਬਾਈ ਯੂਨਾਈਟਿੰਗ ਆਵਰ ਸੈਲਵਸ ਜੀ। ਬੇਸ਼ੱਕ ਜਿਹੜੀ ਐਜੂਕੇਸ਼ਨ ਯੰਗਸਟਰ ਹੈ ਥੋੜ੍ਹੇ ਘਣੇ ਜਾਣੂ ਹੋਏ ਹੈ ਵੀ ਕਿਵੇਂ ਇਹਨਾਂ ਦੇ ਝੂਠ ਹੈ ਤਕਰੀਰ ਹੈ ਜੀ, ਬਟ ਇਟ ਸ਼ੁੱਡ ਗੋ ਬਿਟ ਫਰਦਰ, ਹੋ ਸਕਦਾ 10-20 ਸਾਲਾਂ ਨੂੰ ਹੋ ਜਾਵੇ। ਆਈ ਥਿੰਕ ਦੈ ਯੰਗਸਟਰ ਸ਼ੁੱਡ ਕਮ ਫਾਰਵਰਡ ਐਂਡ ਦੇ ਕੈਨ ਸਰਵ ਦੀ ਪੰਜਾਬ ਐਂਡ ਦੇ ਕੈਨ ਸਰਵ ਇੰਡੀਆ ਫੋਰ ਦੀ ਬੈਟਰਮੈਂਟ ਆਫ ਪੰਜਾਬ ਐਂਡ ਫੋਰ ਦੀ ਬੈਟਰਮੈਂਟ ਆਫ ਇੰਡੀਆ। ਦੇ ਮਸਟ ਮੇਕ ਅ ਸਟਾਰਟ, ਇਹ ਸਟਾਰਟ ਕਰ ਨਹੀਂ ਦਿੰਦੇ ਜੀ, ਪਹਿਲਾਂ ਹੀ ਦੱਬ ਦਿੰਦੇ ਆ ਉਹਨਾਂ ਨੂੰ ਜੀ ਜੀ। ਕਦਰ ਕਰਦਾ ਤੁਹਾਡੇ ਜਜ਼ਬਾਤਾਂ ਦੀ, ਔਰ ਤੁਸੀਂ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਤੁਹਾਡੇ ਜਜ਼ਬਾਤ ਇਹੀ ਇਸੀ ਕਰਕੇ ਇਸ ਪ੍ਰੋਗਰਾਮ ਨੂੰ ਬਣਾਇਆ ਗਿਆ ਕਿ ਤੁਸੀਂ ਆਪਣੇ ਜਜ਼ਬਾਤ ਸਾਡੇ ਨਾਲ ਰੱਖ ਸਕਦੇ ਹੋ, ਆਪਣੀ ਗੱਲਾਂ ਸਾਡੇ ਨਾਲ ਰੱਖ ਸਕਦੇ ਹੋ, ਯੂ ਡੋਨਟ ਹੈਵ ਟੂ ਬੀ ਸੌਰੀ। ਧੰਨਵਾਦ ਜੀ, ਧੰਨਵਾਦ। ਅਤੇ ਜੀ ਹੁਣ ਪ੍ਰੋਗਰਾਮ ਦੇ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਹੁਣ ਵਿਚਾਰ ਜ਼ਰੂਰ ਕਰਾਂਗੇ। ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਮੇਸ਼ਾ ਸਕਾਰਾਤਮਕ ਸੋਚ ਦੇ ਨਾਲ ਅੱਗੇ ਵਧੀਏ, ਔਰ ਉਹਨਾਂ ਗੱਲਾਂ ਦੇ ਉੱਤੇ ਗੱਲ ਕਰੀਏ ਕਿ ਜੋ ਗੱਲਾਂ ਹੁਣ ਬੀਤ ਗਈਆਂ ਉਹ ਤਾਂ ਬੀਤ ਗਈਆਂ, ਹੁਣ ਕਿਵੇਂ ਸੁਧਾਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਜਾਤੀਵਾਦ ਦੀ ਗੱਲ ਕਰਦੇ ਹਾਂ, ਕਾਸਟ ਕ੍ਰੀਡ ਔਰ ਧਰਮ ਦੀ ਗੱਲ ਕਰਦੇ ਹਾਂ, ਜੋ ਕਿ ਤੁਸੀਂ ਵੀ ਦੱਸਿਆ ਕਿ ਇਸ ਇਹਨਾਂ ਗੱਲਾਂ ਤੋਂ ਭਾਰਤ ਨੂੰ ਨਿਕਲਣ ਦੀ ਲੋੜ ਹੈਗੀ ਆ। ਜੇਕਰ ਭਾਰਤ ਦੇ ਢਾਂਚੇ ਨੂੰ, ਭਾਰਤ ਦੇ ਉਹਨਾਂ ਗੱਲਾਂ ਨੂੰ ਅਗਰ ਸਹੀ ਕਰਨਾ ਹੈ, ਤਾਂ ਮੈਨੂੰ ਲੱਗਦਾ ਹੈ ਜਿਹੜੀ ਗੱਲਾਂ ਤੁਸੀਂ ਦੱਸੀ ਹੈਗੀ ਆ, ਆਈ ਐਗਰੀ ਔਨ ਟੂ ਦਿਸ। ਅਤੇ ਇੱਕ ਕਾਲ ਸਾਨੂੰ ਬੜੀ ਦੇਰ ਤੋਂ ਆ ਰਹੀ ਹੈ, ਅਸੀਂ ਜ਼ਰੂਰ ਚਾਹਾਂਗੇ ਕਿ ਇਹਨਾਂ ਦੇ ਵਿਚਾਰ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਭਾਅ ਜੀ, ਮੈਂ ਹਰਜਿੰਦਰ ਸਿੰਘ ਬੋਲਦਾ ਨੋਟਿੰਗਮ ਤੋਂ। ਜੀ ਹਰਜਿੰਦਰ ਸਿੰਘ ਜੀ, ਹਾਂਜੀ ਭਾਅ ਜੀ, ਆਪਣੇ ਕਹਿੰਦੇ ਆਜ਼ਾਦੀ ਆ, ਮੰਨਦਾ ਆਜ਼ਾਦੀ ਆ, ਉਹ ਆਜ਼ਾਦੀ ਸੀਗੀ, ਪਰ ਜਿਹੜੇ ਹੁਣ ਇੱਥੇ ਲੈ ਕੇ ਬਾਹਰ ਰੌਲਾ ਪਾਉਂਦੇ ਆ ਬੰਦੇ ਹੁਣ, ਜੀ ਜੀ, ਪਰ ਉਹ ਜੇ ਹੁਣ ਸੋਚਿਆ ਜਾਵੇ ਜੇ ਆਜ਼ਾਦੀ ਸੀਗੀ ਤਾਂ ਉੱਥੇ ਰਹਿੰਦੇ, ਫਿਰ ਇੱਥੇ ਕੀ ਕਰਨ ਆਏ ਉਹ, ਫਿਰ ਮੁੜ ਕੇ ਕਿਹਾ ਗੋਰਿਆਂ ਕੋਲ ਆਏ। ਜੀ 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 ਜੀ, ਹਨਾ ਜੇ ਆਜ਼ਾਦੀ, ਸਾਨੂੰ ਆਜ਼ਾਦੀ ਮਿਲੀ ਨੀ, ਸਾਨੂੰ ਆਜ਼ਾਦੀ ਹੈ ਹੀ ਨੀ, ਖਾਸ ਕਰਕੇ ਸਿੱਖਾਂ ਨੂੰ, ਸਿੱਖਾਂ ਨੂੰ ਆਜ਼ਾਦੀ ਹੈ ਹੀ ਨੀ ਇੰਡੀਆ 'ਚ ਜੀ। ਜੇ ਅਸੀਂ ਤੁਸੀਂ ਅੱਜ ਕੱਲ੍ਹ ਬਾਹਰ ਆਏ ਕਦੇ ਰੌਲਾ ਪਾਉਂਦੇ ਆ ਕਿ ਬਾਹਰ ਸਾਨੂੰ ਆਜ਼ਾਦੀ ਚਾਹੀਦੀ, ਸਾਨੂੰ ਆਜ਼ਾਦੀ ਚਾਹੀਦੀ ਆ ਜੀ, ਜੇ ਸਾਨੂੰ ਉੱਥੇ ਸਾਰੇ ਹੱਕ ਮਿਲਣ, ਸਾਰਾ ਕੁਛ ਮਿਲੇ, ਫਿਰ ਸਾਨੂੰ ਇੱਥੇ ਆਉਣ ਦੀ, ਬਾਹਰ ਆਉਣ ਦੀ ਲੋੜ ਹੀ ਕਿਉਂ ਪੈਂਦੀ? ਜੀ 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 ਜੀ, ਉਹੀ ਗੱਲ ਹੈ ਜੀ, ਬਿਲਕੁਲ ਜਿਹੜੀ ਗੱਲ ਤੁਸੀਂ ਰੱਖੀ ਹੈ ਸਾਡੇ ਸਾਹਮਣੇ, ਮੈਂ ਸਮਾਂ ਮੇਰੇ ਕੋਲ ਹੈਗਾ ਨਹੀਂ ਤਾਂ ਮੈਂ ਤੁਹਾਡੀ ਹੋਰ ਵੀ ਗੱਲ ਸੁਣਦਾ, ਅਤੇ ਇਹੀ ਗੱਲ ਹੈ ਜੀ ਕਿ ਜਿਹੜੀ ਕਿਹੜੀ ਗੱਲਾਂ ਤੁਹਾਨੂੰ ਲੱਗਦਾ ਕਿ ਲੋੜ ਹੈਗੀ ਹੈ ਉਹ ਗਰਾਊਂਡ ਲੈਵਲ ਦੇ ਉੱਤੇ ਲਿਖੀਆਂ ਜਾਣ, ਔਰ ਆਪਣੀ ਗੱਲਾਂ ਨੂੰ ਤੁਸੀਂ ਜ਼ਰੂਰ ਪਹੁੰਚਾਓ ਜਿਹੜੇ ਜਿਹੜੇ ਤੁਹਾਡੇ ਪਿੰਡ ਨੇ, ਜਿਹੜੇ ਜਿਹੜੇ ਤੁਹਾਡੇ ਸ਼ਹਿਰ ਨੇ, ਜਿੱਥੇ ਜਿੱਥੇ ਤੁਹਾਡੇ ਫੈਮਿਲੀ ਰਿਲੇਟਿਵਸ ਰਹਿ ਰਹੇ ਨੇ, ਔਰ ਉਹਨਾਂ ਨੂੰ ਅਸੀਂ ਤਗੜਾ ਕਰੀਏ, ਉਹਨਾਂ ਨੂੰ ਸਟਰੋਂਗ ਕਰੀਏ। ਔਰ ਇੱਕ ਗੱਲ ਕਹਿੰਦੇ ਨੇ ਕਿ ਸ਼ੁਰੂਆਤ ਘਰ ਤੋਂ ਹੁੰਦੀ ਹੈ, ਤਾਂ ਸ਼ਾਇਦ ਸ਼ੁਰੂਆਤ ਹੋ ਸਕਦੀ ਹੈ ਜੇ ਅਸੀਂ ਪੋਜ਼ਿਟਿਵ ਤਰੀਕੇ ਨਾਲ ਸੋਚੀਏ ਔਰ ਉਹਨੂੰ ਅੱਗੇ ਲੈ ਕੇ ਜਾਈਏ, ਕੰਕਲੂਜਨ ਕੱਢੀਏ ਜੋ ਗੱਲਾਂ ਹੋ ਗਈਆਂ ਉਹ ਹੋ ਗਈਆਂ, ਲੇਕਿਨ ਅੱਗੇ ਕਿਵੇਂ ਵੱਧ ਸਕਦੇ ਹਾਂ, ਪ੍ਰੋਗਰੈਸਿਵ ਕਿਵੇਂ ਹੋ ਸਕਦਾ, ਇਸ ਮੁਤਲਕ ਜ਼ਰੂਰ ਸੋਚੀਏ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਲਿਖਣਾ ਚਾਹੁੰਦੇ ਹੋ ਔਰ ਆਪਣੇ ਸੁਝਾਵ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ, ਤਾਂ info@justbroadcasting.com ਦੇ ਉੱਤੇ, harkeerat@justbroadcasting.com ਦੇ ਉੱਤੇ ਤੁਸੀਂ ਲਿਖ ਕੇ ਆਪਣੇ ਵੈਲਿਊਬਲ ਫੀਡਬੈਕਸ ਸਾਨੂੰ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ, ਮੈਨੂੰ ਹਰਕੀਰਤ ਸਿੰਘ ਆਹਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।